ਤੁਹਾਡੇ ਫਾਦਰ ਸਾਹਿਬ ਸਿਆਸਤਦਾਨ ਵੀ ਸੀ, ਸਮਾਜ ਸੇਵੀ ਵੀ ਸੀ, ਅਰਮਾਨ ਵੀ ਕੀ ਬਣਨਾ ਚਾਹੁੰਦਾ? ਮੈਂ ਸਮਾਜ ਸੇਵਾ ਕਰਨਾ ਚਾਹੁੰਦਾ ਨੇ। ਰਾਜਨੀਤੀ ਦਾ ਮਾਰਗ ਕਿਉਂ ਚੁਣ ਰਹੇ? ਕੀ ਗੱਲ, ਕੀ ਡਰ ਲੱਗਦਾ ਜਾਂ ਫਿਰ ਕਿਤੇ ਨਾ ਕਿਤੇ ਸਮਾਜ ਸੇਵੀ ਦਾ ਜਿਹੜਾ ਮਾਰਗ ਹੈ ਉਹ ਸੌਖਾ? ਸਮਾਜ ਸੇਵੀ ਦਾ ਕੰਮ ਇਹੀ ਹੈ ਕਿ ਦਿਲ ਨੂੰ ਤਸੱਲੀ ਮਿਲਦੀ ਹੈ, ਖੁਸ਼ੀ ਮਿਲਦੀ ਹੈ ਕਿ 2022 ਦੀ ਚੋਣਾਂ ਦੇ ਵਿੱਚ ਰਮਨਪ੍ਰੀਤ ਨੂੰ ਕੋਈ ਕਿਸੇ ਪਾਰਟੀ ਦਾ ਆਫਰ ਆਇਆ ਚੋਣ ਲੜਨ ਵਾਸਤੇ ਜਾਂ ਕੋਈ ਮਦਦ ਕਰਨ ਵਾਸਤੇ ਕਿ ਸਾਡੀ ਪਾਰਟੀ ਨੂੰ ਮਦਦ ਕਰੋ? ਕਿਉਂਕਿ ਤੁਹਾਡੇ ਫਾਦਰ ਸਾਹਿਬ ਦਾ ਇੱਕ ਵੱਡਾ ਨਾਮ ਸਿਆਸਤ ਵਿੱਚ ਸੀ। ਆਏ ਨੇ ਘਰੇ, ਆਏ ਨੇ ਕਿ ਤੁਸੀਂ ਸਾਡੀ ਐਤਕੀ ਮਦਦ ਕਰੋ, ਸਾਡੇ ਨਾਲ ਤੁਰੋ। ਰਮਨਪ੍ਰੀਤ ਕੀ ਸਟਰਗਲ ਕਰ ਰਿਹਾ? ਰਾਜਨੀਤੀ ਦੀ ਕੋਈ ਏਦਾਂ ਦੀ ਕਿਤਾਬ ਪੜ੍ਹ ਰਿਹਾ ਜਾਂ ਫਿਰ ਨੌਜਵਾਨ ਜਾਂ ਫਿਰ ਜਿਹੜੇ ਤੁਹਾਡੇ ਪਿਤਾ ਜੀ ਨਾਲ ਜੁੜੇ ਹੋਏ ਸੀ ਉਹ ਤੁਹਾਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰ ਰਹੇ ਨੇ, ਕੀ ਗੱਲ ਹੈ? ਮੈਂ ਚਾਹੁੰਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਆਪਣਾ ਯੂਥ ਬਹੁਤ ਗਲਤ ਰਾਹਾਂ 'ਤੇ ਤੁਰ ਚੱਲਿਆ, ਅਤੇ ਮੈਂ ਚਾਹੁੰਦਾ ਕਿ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜਾਂ, ਸਪੋਰਟਸ ਨਾਲ ਜੋੜਾਂ, ਚੰਗੇ ਕੰਮਾਂ ਨਾਲ ਜੋੜਾਂ। ਸੋ ਦੀ ਗੱਲ ਕੀਤੀ ਕਿ ਫਾਦਰ ਸਾਹਿਬ ਦੇ ਮਾਰਗ 'ਤੇ ਸਮਾਜ ਸੇਵਾ ਚੱਲਣਾ ਚਾਹੁੰਦਾ, ਉਹਨਾਂ ਦਾ ਸੁਪਨਾ ਤਾਂ ਰਾਜਨੀਤੀ ਦਾ ਵੀ ਸੀ। ਰਾਜਨੀਤੀ ਵੀ ਕਹਿੰਦੇ ਸੀ ਕਿ ਅਸੀਂ ਆਪਣੇ ਹਲਕੇ ਨੂੰ ਬਦਲਣਾ, ਆਪਣੇ ਪੰਜਾਬ ਨੂੰ ਬਦਲਣਾ, ਉਸ ਪਾਸੇ ਕਿਉਂ ਜਾ ਰਹੇ ਰਮਨਪ੍ਰੀਤ? ਦਿਲ ਦੀ ਤਮੰਨਾ ਹੈ ਕਿ ਮੈਂ ਆਪਣੀ ਸਿਰਫ ਜੋ ਆਪਣੀ ਜ਼ਿੰਦਗੀ ਆ ਮੈਂ ਇਹਦੇ 'ਚ ਇੱਕ ਸੋਸ਼ਲ ਵਰਕਰ ਹੀ ਰਹਾਂ, ਅਤੇ ਜੇ ਉਹ ਕਹਿਣ 'ਤੇ ਰਮਨਪ੍ਰੀਤ ਅੱਗੇ ਆਓ, ਅੱਗੇ ਚੱਲੋ, ਤੁਹਾਡੇ ਸਾਡੇ ਲੱਗੋ, ਅਸੀਂ ਤੁਹਾਡੇ ਨਾਲ ਪਿੱਛੇ ਪੇ ਜਾਊਂਗੇ। ਹਜੇ ਤੱਕ ਤਾਂ ਮੇਰਾ ਕੋਈ ਵਿਚਾਰ ਨਹੀਂ। ਰਾਜਨੀਤੀ ਨੂੰ ਕਿੰਨੀ ਗੰਦਲੀ ਮੰਨਦੇ ਹੋ? ਜਿੰਨਾ ਵੀ ਦੇਖਿਆ ਮੈਂ ਇਹਦੇ ਬਾਰੇ ਕੁਛ ਚੰਗਾ ਅੱਜ ਤੱਕ ਇਹਦੇ ਕਿਸੇ ਤੋਂ ਸੁਣਿਆ ਨਹੀਂ। ਕਿਹੜੀ ਪਾਰਟੀ ਵਧੀਆ ਲੱਗਦੀ ਹੈ? ਮੈਂ ਕੋਈ ਕਮੈਂਟ ਇਹਦੇ ਬਾਰੇ ਕੁਛ ਨਹੀਂ, ਕੋਈ ਕੁਛ ਨਹੀਂ ਕਹਿਣਾ ਚਾਹੁੰਦਾ। ਤੁਹਾਡੇ ਫਾਦਰ ਸਾਹਿਬ ਨੇ ਤਾਂ ਦੋ ਪਾਰਟੀਆਂ ਅਲੱਗ ਅਲੱਗ ਬਦਲੀਆਂ ਨੇ, ਅਕਾਲੀ ਦਲ ਵੀ ਬਦਲਿਆ ਅਤੇ ਨਾਲ ਕਾਂਗਰਸ ਵੀ ਰਹੇ ਨੇ। ਅਗਰ ਕਿਹੜੀ ਕਿਹੜੀ ਪਾਰਟੀਆਂ ਜੋ ਮੈਂ ਹੁਣ ਆਮ ਆਦਮੀ ਪਾਰਟੀ ਵੀ ਆ ਗਈ ਉਹ ਲੱਗਦੀ ਹੈ ਠੀਕ ਕੰਮ ਕਰੇਗੀ 2022 'ਚ? ਪੰਜਾਬ ਦੀ ਸਿਆਸਤ ਦੇ ਵਿੱਚ ਕਈ ਵੱਡੇ ਲੀਡਰ ਆਏ ਨੇ, ਪਰ ਲੀਡਰਾਂ ਨੇ ਹੁਣ ਤੱਕ ਕਮਾਇਆ ਕੀ ਹੈ? ਲੀਡਰਾਂ ਨੂੰ ਸਵਰਗ ਵਾਸ ਹੋਣ ਤੋਂ ਬਾਅਦ ਕਿਹੜੇ ਕਿਹੜੇ ਲੋਕ ਯਾਦ ਕਰਦੇ ਨੇ, ਕਿਹੜੇ ਕੰਮਾਂ ਤੋਂ ਯਾਦ ਕਰਦੇ ਨੇ, ਚੰਗੇ ਕੰਮਾਂ ਤੋਂ ਯਾਦ ਕਰਦੇ ਨੇ ਜਾਂ ਮਾੜੇ ਕੰਮਾਂ ਤੋਂ ਯਾਦ ਕਰਦੇ ਨੇ? ਤਾਂ ਪੰਜਾਬ ਦੇ ਵਿੱਚ ਹਰ ਲੀਡਰ ਲੀਡਰੀ ਕਰਨ ਤੋਂ ਬਾਅਦ ਸਵਰਗਵਾਸ ਹੁੰਦੇ ਨੇ, ਕਿਹੜੇ ਕਿਹੜੇ ਕੰਮ ਉਸ ਸਮਿਆਂ ਦੇ ਵਿੱਚ ਸਹੀ ਕੀਤੇ ਨੇ, ਕਈ ਗਲਤ ਕੀਤੇ ਨੇ, ਉਹਨਾਂ ਨੂੰ ਲੈ ਕੇ ਹਮੇਸ਼ਾ ਲੋਕ ਸੱਥਾਂ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਨੇ। ਪਰ ਪੰਜਾਬ ਦੇ ਵਿੱਚ ਕਿੱਦਾਂ ਦਾ ਲੀਡਰ ਜਿਨ੍ਹਾਂ ਨੇ ਅਲੱਗ ਅਲੱਗ ਪਾਰਟੀਆਂ ਦੇ ਵਿੱਚ ਰਹਿ ਕੇ ਵੀ ਸੇਵਾ ਕੀਤੀ ਹੈ, ਦੂਜੇ ਪਾਸੇ ਜਿਸ ਲੀਡਰ ਨੂੰ ਸਮਾਜ ਸੇਵੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਕਿਉਂਕਿ ਉਹ ਸਮਾਜ ਸੇਵਾ ਕਰਨ ਦੇ ਇੱਛੁਕ ਸੀ, ਸਮਾਜ ਸੇਵਾ ਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ, ਸਮਾਜ ਸੇਵਾ ਦੇ ਵਿੱਚ ਉਹਨਾਂ ਨੇ ਖੂਨਦਾਨ ਕੈਂਪ ਲਾਏ, ਸਮਾਜ ਸੇਵਾ ਦੇ ਵਿੱਚ ਉਹਨਾਂ ਨੇ ਗਰੀਬ ਕੁੜੀਆਂ ਦੇ ਵਿਆਹ ਕੀਤੇ, ਅਤੇ ਉਹ ਲੀਡਰ ਸੀ ਪੰਜਾਬ ਦੇ ਮੰਨੇ ਪ੍ਰਮੰਨੇ ਰਾਜਵੀਰ ਸਿੰਘ ਪਟਿਆਲਾ, ਜੋ ਕਿ ਪਿਛਲੇ ਸਮੇਂ ਦੇ ਵਿੱਚ ਸਵਰਗਵਾਸ ਹੋ ਗਏ। ਤਾਂ ਉਹਨਾਂ ਤੋਂ ਅੱਗੇ ਉਹਨਾਂ ਦੇ ਬੇਟੇ ਹੁਣ ਕੀ ਰਾਜਨੀਤੀ 'ਚ ਆ ਰਹੇ ਨੇ ਜਾਂ ਫਿਰ ਸਮਾਜ ਸੇਵਾ ਵਾਲੇ ਮਾਰਗ 'ਤੇ ਚੱਲ ਰਹੇ ਨੇ? ਤਾਂ ਇਸ ਨੂੰ ਲੈ ਕੇ ਰਾਜਵੀਰ ਸਿੰਘ ਪਟਿਆਲਾ ਦੇ ਬੇਟੇ ਰਮਨਪ੍ਰੀਤ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਵਾਗਤ ਹੈ ਰਮਨਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਅੱਛਾ, ਜਿਵੇਂ ਤੁਹਾਡੇ ਫਾਦਰ ਸਾਹਿਬ ਸਿਆਸਤਦਾਨ ਵੀ ਸੀ, ਸਮਾਜ ਸੇਵੀ ਵੀ ਸੀ, ਰਮਨਪ੍ਰੀਤ ਕੀ ਬਣਨਾ ਚਾਹੁੰਦਾ? ਮੈਂ ਆਪਣੇ ਦਿਲ ਦੀ ਤਮੰਨਾ ਦੱਸਾਂ ਤਾਂ ਮੈਂ ਸਮਾਜ ਸੇਵਾ ਕਰਨਾ ਚਾਹੁੰਦਾ ਨੇ, ਤੇ ਮੈਂ ਇਹੀ ਚਾਹੁੰਦਾ ਕਿ ਮੈਂ ਲੋਕਾਂ ਦੀ ਜਿੰਨੀ ਵੱਧ ਤੋਂ ਵੱਧ ਹੋ ਸਕੇ ਮਦਦ ਕਰਾਂ ਤੇ ਸੇਵਾ ਕਰਾਂ। ਰਾਜਨੀਤੀ ਦਾ ਮਾਰਗ ਕਿਉਂ ਚੁਣ ਰਹੇ? ਕੀ ਗੱਲ, ਕੀ ਡਰ ਲੱਗਦਾ ਜਾਂ ਫਿਰ ਕਿਤੇ ਨਾ ਕਿਤੇ ਸਮਾਜ ਸੇਵੀ ਦਾ ਜਿਹੜਾ ਮਾਰਗ ਹੈ ਉਹ ਸੌਖਾ? ਸਮਾਜ ਸੇਵੀ ਦਾ ਕੰਮ ਇਹ ਹੈ ਕਿ ਦਿਲ ਨੂੰ ਤਸੱਲੀ ਮਿਲਦੀ ਹੈ, ਖੁਸ਼ੀ ਮਿਲਦੀ ਹੈ ਕਿ ਜਦ ਸ਼ਾਮ ਨੂੰ ਘਰ ਆਵਾਂ ਤਾਂ ਦੋ ਜਣਿਆਂ ਨੂੰ ਮੈਂ ਖੁਸ਼ ਕਰਕੇ, ਕਿਸੇ ਦੀ ਕੋਈ ਦੁੱਖ ਤਕਲੀਫ 'ਚ ਉਹਦੀ ਮਦਦ ਕਰਕੇ ਆਵਾਂ, ਤਾਂ ਉਹਦੇ ਨਾਲ ਬਹੁਤ ਦਿਲ ਨੂੰ ਸਕੂਨ ਮਿਲਦਾ ਹੈ। ਤੇ ਜੇ ਰਹੀ ਗੱਲ ਰਾਜਨੀਤੀ ਦੀ ਕਰੀਏ ਤੇ ਅੱਜ ਦੀ ਰਾਜਨੀਤੀ ਉਹ ਪਹਿਲਾਂ ਵਰਗੀ ਜਿਹੋ ਜੀ ਮੈਂ ਆਪਣੇ ਦਾਦਾ ਜੀ ਦੇ ਟਾਈਮ ਤੇ ਦੇਖਦਾ ਸੀਗਾ ਜਾਂ ਆਪਣੇ ਫਾਦਰ ਟਾਈਮ ਤੇ, ਉਦੋਂ ਲੋਕ ਇਹ ਸੀਗੇ ਕਿ ਤੁਰਦੇ ਸੀਗੇ ਨਾਲ ਭਰਾਵਾਂ ਵਾਂਗੂ ਪਰਿਵਾਰ ਸਮਝ ਕੇ। ਅੱਜ ਮੈਨੂੰ ਲੱਗਦਾ ਹੈ, ਚਲੋ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਬਟ ਫੇਰ ਵੀ ਬਹੁਤ ਫਰਕ ਆ ਗਿਆ ਆਪਣੀ ਰਾਜਨੀਤੀ 'ਚ ਅੱਜ ਦੇ ਟਾਈਮ 'ਚ। ਅੱਛਾ, ਰਾਜਨੀਤੀ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਹੈ ਕਿ ਲੀਡਰਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਉਹਨਾਂ ਦੇ ਮਾੜੇ ਕੰਮ ਵੀ ਗਿਣੇ ਜਾਂਦੇ ਨੇ, ਚੰਗੇ ਕੰਮ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ। ਤੁਹਾਡੇ ਫਾਦਰ ਸਾਹਿਬ ਦੀਆਂ ਜਾਂ ਜਿਸ ਤਰ੍ਹਾਂ ਤੁਸੀਂ ਹੁਣ ਕਾਰਜ ਕਰਨੇ ਸ਼ੁਰੂ ਕੀਤੇ ਨੇ, ਤੁਹਾਨੂੰ ਲੋਕ ਮਿਲਦੇ ਨੇ, ਕਿੱਦਾਂ ਦੇ ਤੁਹਾਡੇ ਕੋਲ ਕਮੈਂਟ, ਕਿੱਦਾਂ ਦੀਆਂ ਗੱਲਾਂ ਤੁਹਾਡੇ ਕੋਲ ਪਹੁੰਚਦੀਆਂ ਨੇ ਕਿ ਫਾਦਰ ਸਾਹਿਬ ਨੇ ਇਹ ਕਮੀ ਛੱਡੀ ਹੈ ਜਾਂ ਫਾਦਰ ਸਾਹਿਬ ਨੇ ਇਹ ਕੰਮ ਵਧੀਆ ਕੀਤੇ? ਕਿਤੇ ਲੱਗਦਾ ਇੱਕ ਕਮੀ ਰਹਿ ਗਈ ਜਿਹੜੀ ਰਮਨ ਵੀਰ ਸਿੰਘ ਆਪਣਾ ਪੂਰਾ ਕਰਨਾ ਚਾਹੁੰਦਾ? ਚਲੋ, ਜਦੋਂ ਵੀ ਮੈਂ ਹਮੇਸ਼ਾ ਕਿਸੇ ਨਾ ਕਿਸੇ ਕੋਈ ਵੀ ਆਪਾਂ ਪਿੱਛੇ ਜੇ ਫੁੱਟਬਾਲ ਦੇ ਟੂਰਨਾਮੈਂਟ ਵੀ ਮੈਂ ਕਰਾਏ, ਕਿਉਂਕਿ ਤੇ ਹਮੇਸ਼ਾ ਮੈਂ ਕੋਈ ਵੀ ਕੋਈ
ਇਹੋ ਜਿਹਾ ਪ੍ਰੋਗਰਾਮ ਰੱਖਦਾ ਹਾਂ ਕੁਛ ਕਰਦੇ ਹਾਂ ਤਾਂ ਹਮੇਸ਼ਾ ਨਵੇਂ ਪਰਿਵਾਰ ਉੱਭਰ ਕੇ ਆਉਂਦੇ ਨੇ ਜਿਨ੍ਹਾਂ ਨੂੰ ਮੈਂ ਹਾਲੇ ਤੱਕ ਨਹੀਂ ਮਿਲਿਆ ਜਿਹੜੇ ਸਾਡੇ ਪਰਿਵਾਰ ਨਾਲ ਪੁਰਾਣੇ ਜੁੜੇ ਹੋਏ ਸੀਗੇ ਤਾਂ ਉਹ ਜਦੋਂ ਵੀ ਮਿਲਦੇ ਨੇ ਤਾਂ ਮੈਨੂੰ ਆਪ ਨੂੰ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਨੇ ਤੇ ਹਰ ਇੱਕ ਨੂੰ ਮਿਲ ਕੇ ਉਹਨਾਂ ਦੀਆਂ ਅਛਾਈਆਂ ਬਾਰੇ ਹੀ ਸੁਣਨ ਚਾਹੁੰਦਾ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਜਿੰਨਾ ਸਮਾਂ ਵੀ ਇਸ ਦੁਨੀਆ ਤੇ ਬਿਤਾਇਆ ਤਾਂ ਕਿਸੇ ਦਾ ਕੋਈ ਮਾੜਾ ਕੀਤਾ ਹੋਊਗਾ ਹਰ ਇੱਕ ਪਿੰਡ 'ਚ ਚਲ ਜਾਈਏ ਕਿਸੇ ਵੀ ਸਾਥ 'ਚ ਗੱਲ ਕਰ ਲਈਏ ਤਾਂ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਅੱਜ ਉਹਨਾਂ ਨੂੰ ਗਿਆ ਨੂੰ 7 ਸਾਲ ਹੋ ਗਏ ਨੇ ਬਟ ਫੇਰ ਵੀ ਉਹਨਾਂ ਦੇ ਚੰਗੇ ਕੰਮ ਅੱਜ ਵੀ ਲੋਕਾਂ ਦੇ ਵਿੱਚ ਉਵੇਂ ਹੀ ਯਾਦ ਨੇ ਤੇ ਹਰ ਪਿੰਡ 'ਚ ਉਹਨਾਂ ਦੀ ਗੱਲ ਹੁੰਦੀ ਹੈ 2022 ਦੀ ਚੋਣਾਂ ਦੇ ਵਿੱਚ ਰਮਨਵੀਰ ਨੂੰ ਕੋਈ ਕਿਸੇ ਪਾਰਟੀ ਦਾ ਆਫਰ ਆਇਆ ਚੋਣ ਲੜਨ ਵਾਸਤੇ ਜਾਂ ਕੋਈ ਮਦਦ ਕਰਨ ਵਾਸਤੇ ਕਿ ਸਾਡੀ ਪਾਰਟੀ ਨੂੰ ਮਦਦ ਕਰੋ ਕਿਉਂਕਿ ਤੁਹਾਡੇ ਫਾਦਰ ਸਾਹਿਬ ਦਾ ਇੱਕ ਵੱਡਾ ਨਾਮ ਸਿਆਸਤ ਦੇ ਵਿੱਚ ਜ਼ਰੂਰ ਆਏ ਨੇ ਕਰੇ ਆਏ ਨੇ ਕਿ ਤੁਸੀਂ ਸਾਡੀ ਐਤਕੀ ਮਦਦ ਕਰੋ ਸਾਡੇ ਨਾਲ ਤੁਰੋ ਬਟ ਮੈਂ ਉਹਨਾਂ ਸਾਰਿਆਂ ਨੂੰ ਇੱਕੋ ਹੀ ਬੇਨਤੀ ਕੀਤੀ ਹੈ ਕਿ ਪਲੀਜ਼ ਚਲੋ ਜ਼ਰੂਰ ਸਾਡੇ ਪਰਿਵਾਰ ਨਾਲ ਅੱਜ ਵੀ ਲੋਕ ਜੁੜੇ ਹੋਏ ਹੈ ਤੇ ਜਿਹੜੇ ਸਾਡੀ ਗੱਲ ਮੰਨਦੇ ਨੇ ਸਾਡੇ ਨਾਲ ਤੁਰਦੇ ਨੇ ਜੋ ਮਰਜ਼ੀ ਹੋ ਜਾਵੇ ਉਹਨਾਂ ਨੇ ਕਿਸੇ ਸਾਡੇ ਪਰਿਵਾਰ ਦਾ ਲੜ ਨਹੀਂ ਛੱਡਿਆ ਤੇ ਜਦੋਂ ਵੀ ਕੋਈ ਆਉਂਦਾ ਸੀਗਾ ਮੇਰਾ ਤੇ ਇੱਕ ਜਵਾਬ ਹੁੰਦਾ ਸੀਗਾ ਕਿ ਇਹ ਤੁਹਾਡਾ ਘਰ ਆਪਣਾ ਜੀ ਸੱਦ ਕੇ ਆਓ ਬਟ ਮੈਂ ਨਹੀਂ ਕਿਸੇ ਨਾਲ ਮੈਂ ਤੁਰਨ ਦਾ ਇੱਛਾ ਮੈਂ ਇੱਛਾ ਨਹੀਂ ਰੱਖਦਾ ਕਿ ਕਿਸੇ ਨਾਲ ਵੀ ਮੈਂ ਤੁਰਾਂ ਤੇ ਰਾਜਨੀਤੀ ਵਿੱਚ ਮੈਂ ਕਿਤੇ ਪੈਰ ਰੱਖਾਂ ਅੱਛਾ ਹੁਣ ਅਰਮਾਨਵੀਰ ਕੀ ਸਟਰਗਲ ਕਰ ਰਿਹਾ ਹੈ ਰਾਜਨੀਤੀ ਦੀ ਕੋਈ ਏਦਾਂ ਦੀ ਕਿਤਾਬ ਪੜ੍ਹ ਰਿਹਾ ਹੈ ਜਾਂ ਫਿਰ ਨੌਜਵਾਨ ਜਾਂ ਫਿਰ ਜਿਹੜੇ ਤੁਹਾਡੇ ਪਿਤਾ ਜੀ ਨਾਲ ਜੁੜੇ ਹੋਏ ਸੀ ਉਹ ਤੁਹਾਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰ ਰਹੇ ਨੇ ਕੀ ਕਰਨਾ ਚਾਹੁੰਦੇ ਅਸਲ 'ਚ ਜੋ ਮੇਰੇ ਪਰਿਵਾਰ ਨਾਲ ਪਿਤਾ ਜੀ ਨਾਲ ਜੁੜੇ ਹੋਏ ਸੀਗੇ ਜਿੰਨੇ ਜਾਣੇ ਹੈਗੇ ਉਹ ਜ਼ਿਆਦਾ ਤੋਂ ਜ਼ਿਆਦਾ ਆਪਣਾ ਮਨ ਸਮਾਜ ਸੇਵਾ 'ਚ ਰੱਖਦੇ ਨੇ ਤੇ ਮੈਂ ਵੀ ਚਾਹੁੰਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਆਪਣਾ ਯੂਥ ਬਹੁਤ ਗਲਤ ਰਾਵਾਂ ਤੇ ਤੁਰ ਚੱਲਿਆ ਤੇ ਮੈਂ ਚਾਹੁੰਦਾ ਕਿ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜਾਂ ਸਪੋਰਟਸ ਨਾਲ ਜੋੜਾਂ ਚੰਗੇ ਕੰਮਾਂ ਨਾਲ ਜੋੜਾਂ ਤੇ ਮੈਂ ਆਪ ਵੀ ਸਪੋਰਟਸਮੈਨ ਰਿਹਾ ਮੈਂ ਆਪ ਵੀ ਨੈਸ਼ਨਲ ਖੇਲਿਆ ਤੇ ਮੈਂ ਆਪ ਚਾਹੁੰਦਾ ਕਿ ਮੈਂ ਹੋਰਾਂ ਨੂੰ ਪ੍ਰੇਰਿਤ ਕਰਾਂ ਸਪੋਰਟਸ ਨਾਲ ਜੁੜਨ ਲਈ ਤੁਸੀਂ ਸਮਾਜ ਸੇਵਾ ਦੀ ਗੱਲ ਕੀਤੀ ਕਿ ਫਾਦਰ ਸਾਹਿਬ ਦੇ ਮਾਰਗ ਤੇ ਸਮਾਜ ਸੇਵਾ ਚੱਲਣਾ ਚਾਹੁੰਦਾ ਉਹਨਾਂ ਦਾ ਸੁਪਨਾ ਤਾਂ ਰਾਜਨੀਤੀ ਦਾ ਵੀ ਸੀ ਰਾਜਨੀਤੀ ਵੀ ਕਹਿੰਦੇ ਸੀ ਅਸੀਂ ਆਪਣੇ ਹਲਕੇ ਨੂੰ ਬਦਲਣਾ ਆਪਣੇ ਪੰਜਾਬ ਨੂੰ ਬਦਲਣਾ ਉਸ ਪਾਸੇ ਕਿਉਂ ਜਾ ਰਹੇ ਮਾਨਵੀਰ ਮੈਂ ਆਪਣੇ ਦਿਲ ਦੀ ਇੱਛਾ ਹੈਗੀ ਹੈ ਕਿ ਇਹ ਹਰ ਇੱਕ ਦੀ ਚਲੋ ਆਪਣੇ ਦਿਲ ਦੀ ਤਮੰਨਾ ਹੁੰਦੀ ਨੇ ਮੇਰੀ ਦਿਲ ਦੀ ਤਮੰਨਾ ਹੈ ਕਿ ਮੈਂ ਆਪਣੀ ਸਿਰਫ ਜੋ ਆਪਣੀ ਜ਼ਿੰਦਗੀ ਹੈ ਮੈਂ ਇਹਦੇ 'ਚ ਇੱਕ ਸੋਸ਼ਲ ਵਰਕਰ ਹੀ ਰਹਾਂ ਅਤੇ ਜਿੰਨਾ ਇਹਨਾਂ ਨਾਲ ਮਦਦ ਕਰਾਂ ਲੋਕਾਂ ਦੀ ਅਤੇ ਮੈਂ ਕੋਈ ਸੋਚਦਾ ਨਹੀਂ ਹਾਂ ਹਜੇ ਪੋਲੀਟਿਕਸ ਵਿੱਚ ਜਾਣ ਬਾਰੇ ਜੇ ਲੋਕਾਂ ਦੀ ਆਵਾਜ਼ ਆਵੇ ਜਿਹੜੇ ਤੁਹਾਡੇ ਪਿਤਾ ਜੀ ਸਾਥੀ ਰਹੇ ਨੇ ਉਹ ਕਹਿਣ ਕਿ ਰਮਨਵੀਰ ਅੱਗੇ ਆਓ ਅੱਗੇ ਚਲੋ ਤੁਹਾਡੇ ਸਾਡੇ ਲੱਗੋ ਅਸੀਂ ਤੁਹਾਡੇ ਨਾਲ ਪਿੱਛੇ ਪੇ ਜਾਓਗੇ ਨਹੀਂ ਹਜੇ ਤੱਕ ਤਾਂ ਮੇਰਾ ਕੋਈ ਵਿਚਾਰ ਨਹੀਂ ਇਹਦੇ ਬਾਰੇ ਰਾਜਨੀਤੀ ਨੂੰ ਕਿੰਨੀ ਗੰਦਲੀ ਮੰਨਦੇ ਹੋ ਜਿੰਨਾ ਕੁ ਮੈਂ ਆਪਣੀ ਛੋੜ ਹਾਲੇ ਤਾਂ ਮੇਰੀ ਉਮਰ ਬਹੁਤ ਘੱਟ ਹੈ ਬਟ ਇਹ ਉਮਰ 'ਚ ਜਿੰਨਾ ਵੀ ਦੇਖਿਆ ਮੈਂ ਇਹਦੇ ਬਾਰੇ ਕੁਛ ਚੰਗਾ ਅੱਜ ਤੱਕ ਇਹਦੇ ਕਿਸੇ ਤੋਂ ਸੁਣਿਆ ਨਹੀਂ ਜੋ ਦਿਲ ਦੀ ਗੱਲ ਦੱਸਾਂ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਮੈਂ ਕੋਈ ਕਮੈਂਟ ਇਹਦੇ ਬਾਰੇ ਕੁਛ ਨਹੀਂ ਕੋਈ ਕੁਛ ਨਹੀਂ ਕਹਿਣਾ ਚਾਹੂੰਗਾ ਤੁਹਾਡੇ ਫਾਦਰ ਸਾਹਿਬ ਨੇ ਤਾਂ ਦੋ ਪਾਰਟੀਆਂ ਅਲੱਗ ਅਲੱਗ ਬਦਲੀਆਂ ਨੇ ਅਕਾਲੀ ਦਲ ਵੀ ਬਦਲਿਆ ਤੇ ਨਾਲ ਕਾਂਗਰਸ 'ਚ ਵੀ ਰਹੇ ਨੇ ਅਗਰ ਮੈਂ ਕਿਹੜੀ ਕਿਹੜੀ ਪਾਰਟੀਆਂ ਜੋ ਮੈਂ ਹੁਣ ਆਮ ਆਦਮੀ ਪਾਰਟੀ ਵੀ ਆ ਗਈ ਉਹ ਲੱਗਦੀ ਹੈ ਠੀਕ ਕੰਮ ਕਰੇਗੀ 2022 ਚਲੋ ਇਹ ਤਾਂ ਸਮਾਂ ਦੱਸੂਗਾ ਕਿ ਉਹ ਕਿਵੇਂ ਕਰਦੇ ਨੇ ਮੈਂ ਤਾਂ ਗੁੱਡ ਵਿਸ਼ ਕਰੂੰਗਾ ਕਿ ਉਹ ਪਹਿਲੀ ਵਾਰ ਪੰਜਾਬ 'ਚ ਆਏ ਨੇ ਤੇ ਵਧੀਆ ਕੰਮ ਕਰਨ ਲੋਕਾਂ ਦੀ ਹੈਲਪ ਕਰਨ ਤੇ ਰਹੀ ਗੱਲ ਮੈਂ ਜੇ ਆਪਣੇ ਪਿਤਾ ਜੀ ਦੀ ਕਰਿਆ ਜਾਵਾਂ ਸਾਡਾ ਪਰਿਵਾਰ ਸ਼ੁਰੂ ਤੋਂ ਸਰਦਾਰ ਗੁਰਚਰਨ ਸਿੰਘ ਟੌੜਾ ਜੀ ਦੇ ਨਾਲ ਜੁੜਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਚੋਂ ਚਲੋ ਉਹਨਾਂ ਨੂੰ ਕਦੇ ਬਹੁਤ ਚੀਜ਼ਾਂ ਫੇਸ ਕੀਤੀਆਂ ਅਸਲ 'ਚ 2005 'ਚ ਉਹਨਾਂ ਨੂੰ ਜਿਵੇਂ ਬਿਮਾਰੀ ਦਾ ਵੀ ਸਾਹਮਣਾ ਕੀਤਾ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਬਹੁਤ ਕਠਿਨ ਰੂਪ 'ਚ ਹੰਡਾਈ ਹੈ ਤੇ ਮੈਂ ਤਾਂ ਇਹਦੇ ਬਾਰੇ ਇਹੀ ਕਹਿਣਾ ਚਾਹੂੰਗਾ ਕਿ ਚਲੋ ਸਭ ਪਾਰਟੀਆਂ ਦੀ ਆਪਣੀ ਜਗ੍ਹਾ ਸਾਰੀ ਆਪਣੀ ਜਗ੍ਹਾ ਠੀਕ ਨੇ ਹੋਰ ਮੈਂ ਇਹਦੇ ਬਾਰੇ ਕੁਛ ਨਹੀਂ ਕਹਿਣਾ ਅੱਛਾ ਪਰਿਵਾਰ ਤਾਂ ਕੀ ਸੁਪਨਾ ਹੈ ਪਰਿਵਾਰ ਕੀ ਚਾਹੁੰਦਾ ਤੁਹਾਡਾ ਜਾਂ ਫਿਰ ਜਿਹੜੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਉਹ ਕੀ ਚਾਹੁੰਦੇ ਨੇ ਕਿ ਅਰਮਾਨਵੀਰ ਆਏ ਰਾਜਨੀਤੀ 'ਚ ਨਹੀਂ ਮੇਰਾ ਕੋਈ ਵੀ ਪਰਿਵਾਰ ਮੇਰਾ ਮਿੱਤਰ ਕੋਈ ਨਹੀਂ ਚਾਹੁੰਦਾ ਕਿ ਮੈਂ ਇਹ ਚੀਜ਼ ਨਾਲ ਜੁੜਾਂ ਉਹ ਸਾਰੇ ਚਾਹੁੰਦੇ ਨੇ ਕਿ ਮੈਂ ਆਪਣੇ ਫਾਦਰ ਵਾਂਗੂ ਟੂਰਨਾਮੈਂਟ ਖੂਨਦਾਨ ਕੈਂਪ ਵਾਤਾਵਰਨ ਨੂੰ ਬਚਾਵਾਂ ਗਰੀਬਾਂ ਦੀ ਹਰ ਇੱਕ ਤਰੀਕੇ ਨਾਲ ਸਹਾਇਤਾ ਕਰਾਂ ਮਦਦ ਕਰਾਂ ਹਰ ਕੋਈ ਇਹੀ ਚਾਹੁੰਦਾ ਹੈ ਕਿ ਮੈਂ ਇਹੀ ਚੀਜ਼ ਕਰਾਂ ਅਤੇ ਮੈਂ ਆਪ ਵੀ ਦਿਲੋਂ ਚਾਹੁੰਦਾ ਕਿ ਮੈਂ ਇਹੀ ਚੀਜ਼ 'ਚ ਖੁਸ਼ ਹਾਂ ਤੇ ਲਾਸਟ ਵਾਰੀ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਮਾਜ ਸਹੀ ਪ੍ਰਤੀ ਜਾਂ ਰਾਜਨੀਤੀ ਪ੍ਰਤੀ ਕੀ ਅਪੀਲ ਮੈਂ ਤਾਂ ਇੱਕੋ ਕਹਿਣਾ ਚਾਹੂੰਗਾ ਸਾਰੇ ਇਲਾਕਿਆਂ ਨੂੰ ਕਿ ਆਪਣੇ ਯੂਥ ਨੂੰ ਆਪਾਂ ਬਚਾਈਏ ਆਪਣਾ ਯੂਥ ਬਹੁਤ ਗਲਤ ਰਾਹਾਂ ਤੇ ਤੁਰ ਚੁੱਕਿਆ ਨੇ ਆਪਾਂ ਜਿੰਨਾ ਵੀ ਹਰ ਕੋਈ ਕਰ ਸਕਦਾ ਥੋੜੇ ਤੋਂ ਥੋੜਾ ਜ਼ਰੂਰ ਕਰੇ ਕਿਸੇ ਨੂੰ ਆਪਣੇ ਏਰੀਏ 'ਚ ਆਪਣੇ ਗਰਾਊਂਡ ਹੈਗੇ ਨੇ ਉਹਨਾਂ ਨੂੰ ਸਵਾਰੀਏ ਬੱਚਿਆਂ ਨੂੰ ਆਪਣਿਆਂ ਨੂੰ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਦਤ ਪਾਈਏ ਗਰਾਊਂਡ 'ਚ ਲੈ ਕੇ ਜਾਣ ਦੀ ਤਾਂ ਕਿ ਉਹ ਆਪਣੇ ਵਾਤਾਵਰਨ ਨਾਲ ਵੀ ਜੁੜਨ ਤੇ ਨਾਲ ਕੀ ਖੇਡਾਂ ਨਾਲ ਵੀ ਜੁੜਨ ਕਿ ਹੋਰ ਗਲਤ ਕੰਮਾਂ ਤੋਂ ਬਚੇ ਰਹਿਣ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਰਾਜਵੀਰ ਸਿੰਘ ਪਟਿਆਲਾ ਜੋ ਕਿ ਵੱਡੇ ਸਿਆਸਤਦਾਨ ਵੀ ਹੋਏ ਨੇ ਸਮਾਜ ਸੇਵੀ ਹੋਏ ਨੇ ਜਿਨ੍ਹਾਂ ਨੇ ਜਿਸੇ ਸਿਆਸਤਦਾਨ ਦੇ ਵਿੱਚ ਵੱਡਾ ਨਾਮ ਚਮਕਾਇਆ ਦੂਜੇ ਪਾਸੇ ਸੇਵਾ ਦੇ ਵਿੱਚ ਨਾਮ ਚਮਕਾਇਆ ਤੇ ਉਹਨਾਂ ਦੇ ਮਾਰਗ ਦੇ ਉੱਤੇ
चल रहे ने उन्होंने बेटे अरमान वीर सिंह जिन्हों वालों दस कि पहला मैं समाज सेवा तो शुरू करांगा फिर जेड़ा गंदलापन राजनीति आया हो अगर लोग चाहे तो उसको भी साफ करने वास्ते मैं आने की कोशिश करांगा। देखते हैं कि जिस तरीके राजनीति राजवीर सिंह खराड़ा ने बड़ा नाम कमाया तो उन्होंने बेटे उन्होंने मार्ग के चलाए हुए मार्ग में किमें अगे तोड़ते हैं तो आने वाला समय दस कैमरामैन सुमित हरते।